नमस्कार, आप देख रहे हैं प्राइम न्यूज 24। मैं हूं आपके साथ श्वेता सिंह। कृषि कानूनों के खिलाफ लगातार ही किसान दिल्ली में केंद्र सरकार के खिलाफ प्रदर्शन कर रहे हैं। वहीं पंजाब के दूसरे लोग किसी न किसी तरीके से उनका साथ देते दिखाई दे रहे हैं। बात की जाए बटाला के अर्बन स्टेट के लोगों, तो वह देसी घी की अलसी की पिनिया बना रहे हैं। अर्बन स्टेट के लोगों का कहना है कि कड़ाके की सर्दी में किसान दिल्ली में कृषि कानून रद्द करवाने के लिए डटे हुए हैं। ज्यादा सर्दी होने के कारण शरीर को गर्म रखने के लिए अलसी की पिनिया बहुत काम आती है। 6 से 7 किलो के करीब अलसी की पिनिया बनाई जा रही हैं और इन पिनियों को महिलाएं बना रही हैं। संगत के सहयोग के साथ देसी घी की अलसी की पिनिया बनाकर उन्हें दिल्ली भेजी जाएंगी। अर्बन स्टेट के लोगों का कहना है कि पिछले लंबे समय से किसान दिल्ली में डटे हुए हैं, सर्दी भी पूरे जोर पर है, इसलिए वहां अलसी की पिनिया बनाकर अपने साथ दिल्ली लेकर जाएंगे और वहां हर एक किसान को पिनिया दी जाएंगी। उनके द्वारा 600 किलो अलसी की पिनिया बनाई जा रही है जो वह अपने साथ दिल्ली लेकर जाएंगे। उन्होंने कहा कि पुराने बुजुर्गों का मानना है कि पोहो के महीने में सर्दी अपने जोर पर होती है और इस मौसम में अलसी की पिनिया खाने से शरीर गर्म रहता है, इसलिए वह दिल्ली में सर्दी में डटे किसानों के लिए अलसी की पिनिया लेकर जा रहे हैं। प्राइम न्यूज 24 से जतिंदर कुंडल, गुरदासपुर से रिपोर्ट। किसान अंदोलन तो बाद हुणे जन अंदोलन बन गया। ये देश दे 135 करोड़ लोगों का अंदोलन है। चंद जड़े पूंजीपति उन्होंने छड़ के या सरकार ते जड़े सत्ता ते काबज ने उन्होंने लोगों नु छड़ के ये पूरे देश का अंदोलन है। ਤੇ ਅੱਜ ਜਿਹੜੇ ਅੱਜ ਜਿਹੜਾ ਹੰਬਲਾ ਮਾਰਿਆ ਗਿਆ ਬਟਾਲੇ ਯੂਥ ਵੈਲਫੇਅਰ ਕਲੱਬ ਦੇ ਨੌਜਵਾਨ ਸਾਥੀਆਂ ਵੱਲੋਂ, ਜਿਹਦੇ ਵਿੱਚ ਮੈਂ ਸਮਝਦਾ ਵੀ ਆਲੇ ਦੁਆਲੇ ਦੇ ਜਿੰਨੇ ਵੀ ਨੌਜਵਾਨ ਸਾਥੀ ਨੇ ਉਹ ਇਕੱਠੇ ਹੋ ਕੇ ਇਸ ਰੈਲੀ ਦੇ ਰੂਪ ਦੇ ਵਿੱਚ ਜਿਹੜਾ ਇੱਕ ਮੈਂ ਰੈਲਾ ਬਣ ਜਾਣਾ ਹੈ। ਇਹ ਸ਼ਹਿਰੀ ਜਿਹੜੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਵੀ ਅਵੇਅਰ, ਵੈਸੇ ਤੇ ਮੈਂ ਸਮਝਦਾ ਸਮਾਜ ਦਾ ਹਰ ਵਰਗ ਜਿਹੜਾ ਇਸ ਅੰਦੋਲਨ ਦਾ ਹਿੱਸਾ ਬਣ ਚੁੱਕਿਆ ਹੈ, ਸਹਿਯੋਗ ਕਰ ਰਿਹਾ ਹੈ। ਪਰ ਅੱਜ ਅਸੀਂ ਇਹ ਬਟਾਲੇ ਦੇ ਸ਼ਹਿਰ ਦੇ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਵੀ ਜਿਹੜਾ ਇਹ ਕਾਲੇ ਕਾਨੂੰਨ ਜੋ ਨੇ ਉਹਨਾਂ ਦੇ ਬਾਰੇ ਅਵੇਅਰ ਕਰਾਉਣ ਲਈ, ਉਹਨਾਂ ਨੂੰ ਜਾਗਰਿਤ ਕਰਨ ਲਈ ਅੱਜ ਜਿਹੜੀ ਹੈ ਰੈਲੀ ਜਿਹੜੀ ਹੈ ਬਟਾਲੇ ਸ਼ਹਿਰ ਦੇ ਵਿੱਚ ਜਿਹੜੀ ਹੈ ਕੱਢੀ ਜਾ ਰਹੀ ਵੀ ਜਦੋਂ ਇਹ ਡੈਮੋਕ੍ਰੇਸੀ ਨਹੀਂ ਡਿਕਟੇਟਰਸ਼ਿਪ ਆ। ਵੇਖੋ, ਜਿਸ ਵਰਗ ਲਈ ਤੁਸੀਂ ਇਹ ਕਾਨੂੰਨ ਬਣਾ ਰਹੇ ਹੋ ਉਹ ਵਰਗ ਹੀ ਜਦੋਂ ਇਹਨੂੰ ਅਸੈਪਟ ਨਹੀਂ ਕਰ ਰਿਹਾ ਤਾਂ ਇਹ ਡਿਕਟੇਟਰਸ਼ਿਪ ਦੇ ਨਾਲ ਧੱਕੇ ਦੇ ਨਾਲ ਇਹ ਜਿਹੜੇ ਕਾਨੂੰਨ ਆ ਉਹਨਾਂ ਦੇ ਉੱਪਰ ਥੋਪੇ ਜਾ ਰਹੇ ਨੇ। ਸੈਕੰਡਰੀ ਗੱਲ ਇਹ ਹੈ ਕਿ ਜਿਹੜੀ ਇਹ ਸਰਕਾਰ ਆ, ਤੁਸੀਂ ਦੇਖਿਆ ਇਹ ਕਿੱਦਾਂ ਰਾਜ ਸਭਾ ਦੇ ਵਿੱਚ ਜਿਹੜੇ ਇਹ ਜਿਹੜੇ ਬਿੱਲ ਪਾਸ ਕੀਤੇ ਗਏ ਨੇ ਧੱਕੇਸ਼ਾਹੀ ਦੇ ਨਾਲ ਬਿੱਲ ਪਾਸ ਕੀਤੇ ਗਏ ਨੇ, ਅਤੇ ਇਹ ਜਿਹੜੇ ਕਾਨੂੰਨ ਆ ਹੁਣ ਧੱਕੇ ਦੇ ਨਾਲ ਕਿਸਾਨਾਂ ਦੇ ਉੱਪਰ ਥੋਪੇ ਜਾ ਰਹੇ ਨੇ। ਜਿਵੇਂ ਮੇਰੇ ਤੋਂ ਪਹਿਲਾਂ ਵੀਰ ਜੀ ਨੇ ਕਿਹਾ ਕਿ ਇੱਕ ਜਨ ਅੰਦੋਲਨ ਬਣ ਚੁੱਕਾ ਹੈ, ਅਤੇ ਜਿੱਧਰ ਮਜੋਰਿਟੀ ਲੋਕਾਂ ਦੀ ਹੋਏਗੀ ਤਾਂ ਡੈਫੀਨੇਟਲੀ ਅਗਰ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਤਾਂ ਸਾਡੀਆਂ ਸਰਕਾਰਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਜਿੱਧਰ ਲੋਕਾਂ ਦੀ ਆਵਾਜ਼ ਆ ਸਾਨੂੰ ਉਸ ਪੱਖ ਦੇ ਵਿੱਚ ਫੈਸਲੇ ਕਰਨੇ ਚਾਹੀਦੇ ਆ। ਪਰ ਸਾਡੀ ਅੱਜ ਦੀ ਜਿਹੜੀ ਗੌਰਮੈਂਟ ਆ ਇਹ ਡਿਕਟੇਟਰਸ਼ਿਪ ਵੱਲ ਵੱਧਦੀ ਪਈ ਆ, ਪਰ ਇੱਕ ਨਾ ਇੱਕ ਦਿਨ ਵਾਹਿਗੁਰੂ ਕਿਰਪਾ ਕਰਨਗੇ ਡੈਫੀਨੇਟਲੀ ਜਿਹੜੇ ਆ ਹੱਕ ਜਿਹੜੀ ਜਿੱਤ ਆ ਉਹ ਕਿਸਾਨਾਂ ਦੀ ਜਿੱਤ ਹੋਵੇਗੀ। ਅਤੇ ਜਿਵੇਂ ਅੱਜ ਇੱਥੇ ਰੈਲੀ ਨਿਕਲ ਰਹੀ ਹੈ, ਇੱਥੇ ਨੌਜਵਾਨਾਂ ਨੇ ਵੀ ਸਾਡੇ ਪੂਰੇ ਮਾਝੇ ਦੇ ਵਿੱਚ ਬਟਾਲੇ ਦੇ ਵਿੱਚ ਇੰਨੀ ਵੱਡੀ ਰੈਲੀ ਕਰਕੇ ਦੱਸ ਦਿੱਤਾ ਆ ਕਿ ਜਿੱਧਰ ਨੌਜਵਾਨ ਹੋ ਜਾਂਦਾ ਹੈ ਅਤੇ ਜਿਹੜੇ ਨੌਜਵਾਨ ਆ ਉਹ ਬਦਲਾਅ ਕਰਨ ਦੀ ਹਿੰਮਤ ਰੱਖਦੇ ਨੇ, ਤਾਂ ਡੈਫੀਨੇਟਲੀ ਜਿਹੜਾ ਬਦਲਾਅ ਆ ਜ਼ਰੂਰ ਆਏਗਾ, ਜਿੱਤ ਜਿਹੜੀ ਉਹ ਕਿਸਾਨਾਂ ਦੀ ਹੋਏਗੀ।